ਤੇਰੀ ਸੀ ਉਹਦਾ ਮੂੰਹ ਭਰੂਗਾ ਹੁਣ ਇਹਦਾ ਢਿੱਡ ਨਹੀਂ ਭਰਦਾ ਤਾਂ ਦੁੱਖ ਰਿਹਾ ਢਿੱਡ ਦਾ ਹੈਂਕਲ ਹੈਂਕਲ ਲੱਗ ਜੂ ਪਤਾ ਲੱਗ ਜੂ ਮਾਨ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਅਦੀਏ ਨੂੰ ਡੱਬ ਚੋਂ ਕੱਢਿਆ हेलो एवरीवन की हाल चाल ने तुहाडे सारयां दे आई होप के तुसी सारे घेंट होवोगे ते अज है जी सैटरडे जिवें आपां ने पिछली बार बनाया सी ऐतक वी आपां उवें ब्लॉग बना रहेंगे कम ते मित्रां नाल जावांगे गल्लां बातां करांगे कम दा तां तुहानूं पता ही है पहलां मैं ब्लॉग बनाया वी किवें हुंदा गा ते ब्लॉग नूं लाइक करियो वीडियो नूं चैनल नूं सबसक्राइब करियो ते शेयर जरूर कर दिया करो फेसबुक वाले भी ते यूट्यूब वाले भी प्लीज़ रिक्वेस्ट ही है ते बस हुण चाह पानी पी के फिर आपां चलांगे बैग चाके बस स्टॉप ते बस स्टॉप तों अगे आपणा फ्रेंड आऊगा उहदे नाल गड्डी 'च चलांगे लो वी हुण चकदे आं बैग ते चलदे आं बूट फाट पा के बस स्टॉप ते 7 बज गए ते 7:15 आऊगी अपनी बस झूठे बूट ਰੈਸਟੋ ਵੀ ਕੱਢ ਲਿਆ ਹੁਣ ਚੱਲਦੇ ਆਪਾਂ ਇਹ ਤਾਂ ਜ਼ਰੂਰੀ ਆ ਪੱਤੇ ਝੜ ਆ ਗਈ ਸਾਰੇ ਪੱਤੇ ਝੜ ਗਏ ਪੀਲੇ ਹੋ ਗਏ ਆਹ ਦੇਖੋ ਦਰਖਤਾਂ ਦੇ ਰੰਗ ਜੇ ਬਦਲ ਗਏ ਪੱਤਿਆਂ ਦੇ ਕੋਈ ਪੀਲਾ ਹੋ ਗਿਆ ਕੋਈ ਲਾਲ ਜਿਹਾ ਹੋ ਗਿਆ ਕਿੰਨੇ ਪੱਤੇ ਝੜੀ ਜਾਂਦੇ ਆ ਆ ਗਏ ਰੋਡ 'ਤੇ ਤਾਂ ਆਪਾਂ ਨੂੰ ਬੱਸ ਮਿਲਣੀ ਹੈ ਅੱਜ ਯਾਰ ਸੈਟਰਡੇ ਕਰਕੇ ਦੇਖੋ ਬਹੁਤ ਘੱਟ ਟ੍ਰੈਫਿਕ ਹੈਗਾ ਨਹੀਂ ਵੀਕ ਡੇਜ਼ 'ਚ ਤਾਂ ਵਾਲੀਆਂ ਗੱਡੀਆਂ ਟਰੱਕ ਲੰਘਦੇ ਆ ਅੱਜ ਦੇਖੋ ਰੋਡ ਸੁੰਨਾ ਹੀ ਪਿਆ ਹੈਗਾ ਹਵਾ ਵਾਲੀ ਤੇਜ਼ ਚੱਲੀ ਜਾਂਦੀ ਆ ਬਹੁਤ ਜ਼ਿਆਦਾ ਵੈਦਰ ਦਾ ਫਰਕ ਪਈ ਜਾਂਦਾ ਦਿਨੋਂ ਦਿਨ ਅਤੇ ਕੱਲ੍ਹ ਤਾਂ ਮੀਂਹ ਵੀ ਪੈ ਕੇ ਹਟਿਆ ਉਹਦੇ ਕਰਕੇ ਠੰਡ ਜ਼ਿਆਦਾ ਆ ਬਾਕੀ ਯਾਰ ਤੁਸੀਂ ਉੱਪਰ ਆਸਮਾਨ ਦੇਖੋ 7 ਵੱਜ ਗਏ ਸਵੇਰ ਦੇ ਹਾਲੇ ਤੱਕ ਹਨੇਰਾ ਹੀ ਖੜ੍ਹਾ ਹੈਗਾ ਉਰੇ ਰਾਤ ਨੂੰ ਵੀ ਯਾਰ ਇੰਨਾ ਐਵੇਂ ਹੀ ਰਹਿੰਦਾ ਹੈਗਾ ਮਤਲਬ ਪ੍ਰੋਪਰ ਜਿਵੇਂ ਆਪਣੇ ਉੱਥੇ ਇੰਡੀਆ ਹਨੇਰਾ ਹੋ ਜਾਂਦਾ ਸੀਗਾ ਐਂ ਨਹੀਂ ਹੁੰਦਾ ਉਰੇ ਆਸਮਾਨ ਦੇਖੋ ਇਹੋ ਜਿਹਾ ਰਹਿੰਦਾ ਹੈਗਾ ਅਤੇ ਟਾਈਮ ਦਾ ਵਾਲਾ ਫਰਕ ਪੈ ਗਿਆ ਹੁਣ ਦੇਖੋ ਸਵੇਰ ਦੇ 7 ਵੱਜ ਰਹੇ ਨੇਗੇ ਹਾਲੇ ਤੱਕ ਹਨੇਰਾ ਖੜ੍ਹਾ ਹੈਗਾ ਸੂਰਜ ਨਿਕਲੂਗਾ ਜਾ ਕੇ 8 ਵਜੇ ਦੇ ਕਰੀਬ ਅਤੇ ਸ਼ਾਮ ਨੂੰ ਵੀ ਆਈ ਹੈ ਸ਼ਾਮ ਨੂੰ ਵੀ ਜਲਦੀ 6:30-7 ਕੁ ਵਜਦੇ ਨੂੰ ਦਿਨ ਹੁਣ ਛਿਪਣ ਲੱਗ ਗਿਆ ਕਹਿੰਦੇ ਅੱਗੇ ਸਨੋਚ ਐਂ ਹੁੰਦਾ ਹੈਗਾ ਕਹਿੰਦੇ 5 ਕੁ ਵਜੇ ਦਿਨ ਛਿਪ ਜਾਂਦਾ ਦੇਖੋ ਕੀ ਬਣਦਾ ਆਪਣੀ ਤਾਂ ਪਹਿਲੀ ਵਾਰ ਸਨੋਹ ਹੋਊਗੀ ਦੇਖਾਂਗੇ ਉਰੇ ਪਹਿਲਾਂ ਤਾਂ ਉਰੇ ਸਿੰਪਲ ਜਿਹੇ ਬਟਨ ਸੀਗੇ ਯਾਰ ਹੁਣ ਤਾਂ ਇਹ ਬੋਲਣ ਵੀ ਲੱਗ ਗਏ ਵੇਟ ਹਾਂਜੀ ਵੇਟ ਕਹਿਣ ਲੱਗ ਗਏ ਲਓ ਵੀ ਆ ਗਈ ਆਪਣੀ ਬੱਸ ਅਤੇ ਹੁਣ ਬੈਠਾਂਗੇ ਬੱਸ 'ਚ ਲਓ ਵੀ ਉਤਰ ਗਏ ਆਪਾਂ ਆਪਣੇ ਸਟਾਪ 'ਤੇ ਚੰਗਿਊਜ਼ੀ 'ਤੇ ਅਤੇ ਉਰੇ ਆਊਗਾ ਆਪਣਾ ਫਰੈਂਡ ਉਹ ਦੇਖੋ ਕਰਤਾ ਕੰਮ ਉਹੀ ਟਿਕਟ ਮਿਲ ਗਈ ਲੱਗਦਾ ਤੜਕੀ ਤੜਕੀ ਕਿਸੇ ਨੂੰ ਉਹ ਵੀ ਆ ਕੇ ਖੜ੍ਹ ਗਿਆ ਆਪਾਂ ਛੱਲ 'ਤੇ ਪੰਪ 'ਤੇ ਹਵਾ ਬਹੁਤ ਤੇਜ਼ ਚੱਲੀ ਜਾਂਦੀ ਹੈ ਤਾਂ ਕਰਕੇ ਇੱਧਰ ਆ ਗਏ ਠੰਡ ਬੜੀ ਸੀ ਆਹ ਦੇਖੋ ਉਰੇ ਹਰ ਇੱਕ ਪੈਟਰੋਲ ਪੰਪ 'ਤੇ ਕਾਰ ਵਾਸ਼ ਵਾਲਾ ਵੀ ਬਣਿਆ ਹੋਇਆ ਹੈਗਾ ਇਹਦੇ ਵਿੱਚ ਜਿੱਦਾਂ ਮਤਲਬ ਪੈਸੇ ਲੱਗਦੇ ਅਤੇ ਕਾਰਡ ਜਿਹਾ ਵੀ ਬਣ ਜਾਂਦਾ ਇੱਕ ਅਤੇ ਇਹਦੇ ਵਿੱਚ ਗੱਡੀ ਪਾੜੋ ਗੱਡੀ ਵਾੜ ਕੇ ਬਸ ਹੌਲੀ ਹੌਲੀ ਗੱਡੀ ਤੋਰੀ ਜਾਓ ਆਪੇ ਧੋਤੀ ਜਾਂਦੀ ਹੈਗੀ ਹਰ ਇੱਕ ਪੈਟਰੋਲ ਪੰਪ 'ਤੇ ਬਣਿਆ ਹੋਇਆ ਹੁੰਦਾ ਇਹ ਕੋਈ ਉਹ ਹੋਊਗਾ ਜਿੱਥੇ ਨਹੀਂ ਹੈਗਾ ਉਰੇ ਵੀ ਹੈਗਾ ਉਹਤੇ ਵੀ ਆ ਮੈਨੂੰ ਲੱਗਦਾ ਉਹ ਜਿਹੜਾ ਸਾਹਮਣੇ ਹੈਗਾ ਉਹ ਦੇਖੋ ਉਹ ਗੱਡੀ ਐਂਟਰ ਹੋ ਰਹੀ ਹੈ ਇੱਥੋਂ ਦੀ ਉਹ ਐਂਟਰ ਹੋਊਗੀ ਅਤੇ ਧੋ ਧੂ ਕੇ ਉੱਥੋਂ ਦੀ ਨਿਕਲ ਜਾਣੀ ਹੈ ਲਓ ਵੀ ਬਹਿ ਗਏ ਗੱਡੀ 'ਚ ਹੈਲੋ ਮਾਨ ਅੱਜ ਆਪਣਾ ਚੈਲੇਂਜ ਹੈ ਬਰੋ ਪੰਜੇ ਦਾ ਪੱਕਾ ਅੱਜ ਪੰਜਾ ਲਾਵਾਂਗੇ ਨਾ ਉੱਥੇ ਕੰਮ 'ਤੇ ਜਾ ਕੇ ਮਾੜਾ ਜਿਹਾ ਛੇਤੀ ਚੱਲ ਕੰਮ 'ਤੇ ਫਿਰ ਸਤਿ ਸ਼੍ਰੀ ਅਕਾਲ ਜੀ ਲਵਲੀ ਜੀ ਥੋੜਾ ਜਿਹਾ ਸਲੋਲੀ ਚੱਲੋ ਡਰ ਲੱਗਦਾ ਸਾਨੂੰ ਤੁਹਾਡੇ ਮਗਰ ਬਹਿ ਕੇ ਭਾਰਤ ਵਿੱਚ ਕਰਦੇ ਨੇ ਰੂਲ ਫੋਲੋ ਦੇਖ ਨਾਲੇ ਡਰਾਈਵਿੰਗ ਨਾਲੇ ਫੋਨ ਚੱਲ ਵਧੀਆ ਉੱਠ ਗਿਆ ਚੱਲ ਠੀਕ ਆ ਅਸੀਂ ਲੇਟ ਹੋ ਰਹੇ ਆ ਦੇਖੋ ਵੀ ਵੈਦਰ ਚੈੱਕ ਕਰੋ ਪਹੁੰਚ ਗਿਆ ਆਪਾਂ ਡੀ ਐੱਸ ਵੀ ਕੰਮ 'ਤੇ ਹੁਣ ਜਾਵਾਂਗੇ ਉੱਪਰ ਉੱਪਰ ਜਾ ਕੇ ਮਾਣ ਪੰਜਾ ਕਦੋਂ ਲਾਉਣਾ ਛੁੱਟੀ ਵੇਲੇ ਛੁੱਟੀ ਵੇਲੇ ਬ੍ਰੇਕ ਤਾਂ ਅੱਧੇ ਘੰਟੇ ਦੀ ਹੋਣੀ ਅੱਜ ਚੱਲ ਅੱਜ ਛੁੱਟੀ ਵੇਲੇ ਲਾਵਾਂਗੇ ਬਸ ਠੀਕ ਹੈ ਲਓ ਵੀ ਪਾਤਾ ਸਮਾਨ ਬੈਗਾਂ 'ਚ ਹੁਣ ਚੱਲਾਂਗੇ ਸ਼ਿਫਟ ਲਾਉਣ ਰੈਡੀ ਆ ਬਰੋ ਯਾ ਕਿਉਂ ਮੰਨਦਾ
ਰੈਡੀ ਆ ਜੀ ਆ ਪੰਜਾ ਲਾਉਣਾ ਜਾਂਦੇ ਹੋਏ ਜ਼ਰੂਰ ਜੀ ਬਾ ਠੀਕ ਆ ਪਰ ਜੀਤੇ ਨਾਲ ਵੀ ਲਵਾਂਗੇ ਪੰਗਾ ਠੀਕ ਹੈ ਠੀਕ ਹੈ ਨੋ ਵੀ ਡੈ ਪੇ ਮੁੰਡੇ ਹਾਂ ਹਾਂ ਵੀਰੇ ਠੀਕ ਆ ਖਾਂ ਲਓ ਵੀ ਕਾਸ਼ ਦੀ ਪੋਹਰਾ ਨੇ ਕਰਤਾ ਕੰਮ ਖਤਮ ਹੁਣ ਰੋਟੀ ਖਾਣੀ ਆ ਹੁਣ ਰੋਟੀ ਯੈਸ ਸਰ ਆਓ ਲੈ ਆ ਰੋਟੀ ਉਹਦਾ ਮੂੰਹ ਭਰੂਗਾ ਹੁਣ ਇਹਦਾ ਢਿੱਡ ਨਹੀਂ ਭਰਦਾ हूँ बस ए तो बाद चो शिफ्ट पूरी करके फिर घर चला पर जाते हुए पंजा लाना है मान का हरजीत पूरी हरजीत का दुख रहा चल मान पंजा लाना या नहीं लग जू पता लग मान बेइज्जती नहीं होनी चाहिए मान मान बेइज्जती नहीं होनी चाहिए मान गया बनू गल चल एक दो तीन भी चलिया हूं घर खुशियां पातशाही जे सतगुरु नजर करे वाहे मान दा पंजा ला पाए नहीं लाया भाई पद्दू ला अपने मित्र पहुंच गए घर लाए अपनी शिफ्ट हूँ कट दिया बूट तो पीने चाह चू तो फिर देखने बारे बुरे केड़ा मारांगे मौसम अज वैसे दिखावा थानू बदल बाई जी वाली हुई पई है हवा भी चली जाती है तो चाह पी के जाने बारे देखते हैं माहौल हवा वाली तेज चली जाती है यार अंदर जाने च फायदा बारे आ गए सी गेड़ा देन आ देखो हैलोविन का करके भूताइया ला रखिया ने सारे ने बारह च कई पंजाबियों ने बस पल्लव जी लाए ने इन्होंने ला रखिया ने थोड़िया जी किमें गोरिया ने अपने घर मूहरे डेकोरेशन की भूते भूत लाइया ने अज हवा बहुत चली जाती है ता करके गेड़ा देन आए सी बहर तो ओ घर भी सूँ दिखा मैं डेकोरेशन जाके इन्होंने भी वधिया डेकोरेशन की थी पर आना हवा नहीं भरी हाले जो हवा भरी होंगी है बहुत वधिया लगते हैं कार्टून जे सो यह अज का ब्लॉग जो वधिया लगे वीडियो नू लाइक कर दो चैनल सबसक्राइब कर दो तो शेयर जरूर करो यार फेसबुक वाले भी जरूर शेयर करो यार तो अपना यूट्यूब वाले भी लाइक तो शेयर जरूर करो तो कमेंट करके भी जरूर दस्या करो या पूछ लिया करो जो भी चीज़ पूछनी होती है सो बाय बाय।